কি হালচাল ਹੈ আচ্ছা ਤੁਹਾਡੇ ਵਾਸਤੇ ਤਿਲੀ ਦੀ ਫਸਲ ਦੀ ਕਾਸ਼ ਦੇ ਹਵਾਲੇ ਨਾਲ ਇੱਕ ਵੀਡੀਓ ਹੋਰ ਲੈ ਕੇ ਆਏ ਆਂ ਔਰ ਇਹ ਵੇਖੋ ਜਨਾਬ ਜਿਸ ਤਰ੍ਹਾਂ ਕਿ ਅਸੀਂ ਅਕਸਰ ਆਪਣੀ ਵੀਡੀਓਜ਼ ਦੇ ਅੰਦਰ ਤੁਹਾਨੂੰ ਪੈਗਾਮ ਦਿੰਦੇ ਰਹਿੰਦੇ ਆ ਕਿ ਤਿਲੀ ਜਿਹੜੀ ਹੈ ਨਾ ਇਹਨੂੰ ਖੇਲਾਂ ਤੇ ਲਾਇਆ ਜਾਵੇ ਤੇ ਆਓ ਹੁਣ ਤੁਹਾਨੂੰ ਖੇਲਾਂ ਵਾਲੀ ਤਿਲੀ ਤੇ ਦੂਸਰੀ ਤਿਲੀ ਦਾ ਰਿਜ਼ਲਟ ਬਖਾਣੇ ਦੇ ਨਾਲ ਇਹਨਾਂ ਜ਼ਿੰਮੇਦਾਰ ਵੀਰਾਂ ਨਾਲ ਕੁਝ ਗੱਪਸ਼ਪ ਅੱਛਾ ਇਹ ਤੁਸੀਂ ਪਹਿਲੀ ਦਫਾ ਹੀ ਖੇਲਾਂ ਦੇ ਬੀਜੀ ਹੈ ਤੇ ਕੀ ਫਰਕ ਮਹਿਸੂਸ ਕੀਤਾ ਹੈ ਕਿ ਖੇਲਾਂ ਤੇ ਜ਼ਿਆਦਾ ਬਿਹਤਰ ਇਹ ਹੋ ਰਹੀ ਹੈ ਜਾਂ ਵੈਸੇ ਸਰ ਖੇਲਾਂ ਤੇ ਦਾ ਸਭ ਤੋਂ ਪਹਿਲਾ ਫਾਇਦਾ ਇਹ ਹੈ ਕਿ ਇਹਨਾਂ ਦਾ ਪਾਣੀ ਬਹੁਤ ਕਮ ਲੱਗਦਾ ਹੈ ਜੀ ਪਾਣੀ ਬਹੁਤ ਕਮ ਲੱਗਦਾ ਹੈ ਖੇਲਾਂ ਤੇ ਜੀ ਅੱਛਾ ਫਿਰ ਦੂਸਰੀ ਗੱਲ ਇਹ ਸੁਕਦੀ ਨਹੀਂ ਸੁਕਦੀ ਨਹੀਂ ਖੇਲਾਂ ਤੇ ਹੋਵੇ ਤਾਂ ਸੁਕਦੀ ਨਹੀਂ ਵੈਸੇ ਸੁੱਕ ਜਾਂਦੀ ਹੈ ਇਹ ਜਿਹੜਾ ਸੁੱਕਣ ਦਾ ਮਸਲਾ ਬਣਦਾ ਜਿਹਨੂੰ ਆਪਾਂ ਇਸ ਤਰ੍ਹਾਂ ਪਾਣੀ ਲੱਗਿਆ ਤੇ ਸੁੱਕ ਗਈ ਇਹ ਵੇਖੋ ਜੀ ਪਾਣੀ ਲੱਗਿਆ ਤੇ ਸੁੱਕ ਗਈ ਲੇਕਿਨ ਖੇਲਾਂ ਤੇ ਹੋਵੇ ਤੇ ਸੁਕਦੀ ਨਹੀਂ ਸੁਕਦੀ ਨਹੀਂ ਨਾਲ ਹੀ ਉਹ ਖੇਤ ਮੌਜੂਦ ਹੈ ਇਸੇ ਤਰ੍ਹਾਂ ਹੋਰ ਕੀ ਫਾਇਦੇ ਨੇ ਜ਼ਰਾ ਦੱਸਦੇ ਜਾਓ ਹੋਰ ਫਾਇਦੇ ਤਕਰੀਬਾ ਇਹ ਥੋੜੀ ਵਿਰਲੀ ਹੋਣੀ ਚਾਹੀਦੀ ਹੈ ਥੋੜੀ ਘਾਟੀ ਹੈਗੀ ਬਾ ਵਿਰਲੀ ਹੋਣੀ ਚਾਹੀਦੀ ਹੈ ਅੱਛਾ ਬਾਕੀ ਬਿਹਤਰੀਨ ਖੜੀ ਤੜੀ ਅੱਛੀ ਖੜੀ ਵੇਖੋ ਤੂੰ ਤੁਸੀਂ ਕੀ ਕਹੋਗੇ ਮਾਸ਼ੱਲਾ ਬਹੁਤ ਅੱਛੀ ਹੈਗੀ ਹੈ ਇਹ 1.5 ਕਿਲੋ ਫੇਰੀ ਹੋਈ ਹੈ ਬਿਹਤਰ ਗੱਲ ਹੈ ਕਿਲੋ ਫੇਰਨੇ ਚਾਹੀਦੀ ਹੈ ਯਾਨੀ ਕਿ ਕਿੱਲੇ ਚ ਕਿਲੋ ਵੀ ਹੋਣਾ ਚਾਹੀਦਾ ਹਾਂਜੀ ਬਰਲ ਬੜੀ ਜ਼ਬਰਦਸਤ ਖੜੀ ਹੈ ਹਾਂਜੀ ਮਾਸ਼ੱਲਾ ਬਹੁਤ ਸੋਹਣੀ ਖੜੀ ਹੈਗੀ ਆਓ ਜੀ ਤੁਹਾਨੂੰ ਤਿੱਲੀ ਦਾ ਵੀ ਵਿਜ਼ਿਟ ਕਰਵਾਣੇ ਆ ਇਹ ਵੇਖੋ ਜੀ ਉਹ ਵੀਰ 10 ਰੈਸ਼ਨ ਕੇ ਨੂੰ ਸਿਰਫ ਦੀ ਬੋਰੀ ਜਿਹੜੀ ਹੈ ਨਾਈਟਰੋ ਫਾਸ ਲੱਗੀ ਹੈ ਔਰ ਮਾਸ਼ੱਲਾ ਤੁਹਾਡੇ ਸਾਹਮਣੇ ਹੀ ਹੈ ਇਹਨੂੰ ਵੇਖੋ ਇਹ ਖੇੜਾਂ ਤੇ ਔਰ ਪਾਣੀ ਲੱਗਿਆ ਸੁੱਕੀ ਨਹੀਂ ਔਰ ਖੇੜਾਂ ਤੋਂ ਬਗੈਰ ਇਹ ਵੇਖੋ ਇਹ ਸੁੱਕੀ ਪਈ ਜੇ ਤੁਸੀਂ ਵੇਖ ਸਕਦੇ ਜੇ ਇਸ ਵਾਸਤੇ ਨਾ ਪੰਜਾਬੀ ਵੀਰੋ ਤੁਸੀਂ ਤਿਲੀ ਹਮੇਸ਼ਾ ਖੇੜਾਂ ਤੇ ਕਾਸ਼ਤ ਕਰਨ ਦੀ ਕੋਸ਼ਿਸ਼ ਕਰੋ ਵੇਖੋ ਮਾਸ਼ੱਲਾ ਕਿੰਨਾ ਸੋਹਣਾ ਖੇਤ ਖੜਾ ਹੈ ਠੀਕ ਹੈ ਜੀ ਜਿਨ੍ਹਾਂ ਦੋਸਤਾਂ ਚੈਨਲ ਸਬਸਕ੍ਰਾਈਬ ਕਰ ਲਿਆ ਬਹੁਤ ਸ਼ੁਕਰ ਹੈ ਜਿਨ੍ਹਾਂ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੋ ਤੁਹਾਡਾ ਤੇ ਸਾਡਾ ਰੱਬ ਰੱਖੇ